ਸਾਡੇ ਨਾਲ ਭਾਈ ਸਾਹਿਬ ਭਾਈ ਪੱਪਲਪ੍ਰੀਤ ਸਿੰਘ ਜੀ ਦੇ ਮਦਰ ਹੈਗੇ ਆ ਜਿਹੜੇ ਅੱਜ ਦਿਬਰੂਗੜ੍ਹ ਵਿਖੇ ਅਸਾਮ ਦੀ ਦਿਬਰੂਗੜ੍ਹ ਜੇਲ੍ਹ ਵਿਖੇ ਉਹਨਾਂ ਨੇ ਮੁਲਾਕਾਤ ਕੀਤੀ ਹੈ। ਮਾਤਾ ਜੀ ਕਿਸ ਤਰ੍ਹਾਂ ਹੈਗੇ ਆ ਭਾਈ ਸਾਹਿਬ ਅਤੇ ਤੁਸੀਂ ਦੱਸੋ ਉਹਨਾਂ ਨਾਲ ਤੁਹਾਡੀ ਕੀ ਗੱਲਬਾਤ ਹੋਈ ਹੈ ਅਤੇ ਉਹਨਾਂ ਵੱਲੋਂ ਕੋਈ ਸੰਦੇਸ਼ ਕੀ ਹੈਗਾ ਜੀ? ਹਾਂ ਵੇਖੋ ਜੀ, ਉਹ ਪੂਰੀ ਚੜ੍ਹਦੀ ਕਲਾ 'ਚ ਪੂਰੀ ਤਰ੍ਹਾਂ ਮਤਲਬ ਵਧੀਆ ਨੇ, ਬਿਲਕੁਲ ਰਾਜੀ ਖੁਸ਼ੀ। ਬਾਕੀ ਇੱਥੋਂ ਦੇ ਜਿਹੜੇ ਪ੍ਰਬੰਧ ਆ ਉਹ ਵੀ ਇੰਨੇ ਕੁ ਵਧੀਆ ਆ, ਇੰਨਾ ਵਧੀਆ, ਇਕੱਲਿਆਂ ਨੂੰ ਰੂਮ 'ਚ ਬਿਠਾ ਕੇ ਸਾਡੀ ਉਹਨਾਂ ਨੇ ਮੁਲਾਕਾਤ ਕਰਵਾਈ ਆ। ਬੜੇ ਆਰਾਮ ਨਾਲ ਬਹਿ ਕੇ ਇੱਕ ਘੰਟਾ ਅਸੀਂ ਗੱਲਬਾਤ ਕੀਤੀ ਆ ਅਤੇ ਮਤਲਬ ਇੱਥੋਂ ਦੇ ਕਹਿ ਸਕਦੇ ਕਿ ਹਰ ਚੀਜ਼ ਸ਼ਲਾਘਾਯੋਗ ਹੈ ਜਿੱਦਾਂ ਦੇ ਇੱਥੇ ਰੱਖ ਰਹੇ ਹਨ। ਰਹਿਣਾ ਸਹਿਣਾ ਖਾਣਾ ਪੀਣਾ ਸਭ ਕੁਛ, ਉਹ ਕਹਿੰਦੇ ਕਿ ਕਿਸੇ ਚੀਜ਼ ਦੀ ਕੋਈ ਮੁਸ਼ਕਲ ਨਹੀਂ, ਸਾਨੂੰ ਪਰਿਵਾਰ ਨੂੰ ਸਾਨੂੰ ਕੋਈ ਟੈਨਸ਼ਨ ਨਹੀਂ ਲੈਣੀ, ਬਹੁਤ ਵਧੀਆ ਇੱਥੇ ਸਾਰਾ ਕੁਛ। ਸਾਡੇ ਅਖਰ ਸਿੱਖ ਸੀ, ਸਾਡੇ ਨਾਲ ਸਿੱਖਾਂ ਨੇ ਕਾਲ ਤਖ਼ਤ ਦੇ ਜਹੇਦਾਰਾਂ ਨੇ, ਜੇ ਸਿੱਖ ਸੀ ਤਾਂ ਉਹਨਾਂ ਕਿਹਾ ਵੀ ਸਿੱਖ ਸਾਡੇ ਥੱਲੇ ਡਿੱਗੇ ਪਏ ਨੇ। ਅੱਜ ਜੇ ਉਹ ਸਿੱਖ ਦੀ ਇੱਜ਼ਤ ਰੁਲ ਗਈ ਅਤੇ ਸਭ ਸਾਰੇ ਸਿੱਖਾਂ ਦੀ ਇੱਜ਼ਤ ਰੁਲ ਗਈ ਅਤੇ ਸਾਨੂੰ ਤਾਂ ਇਹਨਾਂ ਬਹੁਤ ਵੀ ਸਿੱਖਾਂ ਹੀ ਸਾਡਿਆਂ ਨੇ ਸਾਡੀ ਮਾਂ ਫੜ ਕੇ ਅਤੇ ਸਾਨੂੰ ਤਾਂ ਉਠਾਇਆ ਅਤੇ ਸਾਨੂੰ ਤਾਂ ਬਹੁਤ ਇਹਨਾਂ ਦੇ ਧੰਨਵਾਦ ਅਸੀਂ ਇਹਨਾਂ ਦਾ ਕਰਦੇ ਹਾਂ ਵੀ ਇਹ ਆਉਂਦੇ ਪੈਰਵਾਈ ਵੀ ਅਸੀਂ ਸਾਰੀ ਕਰਾਂਗੇ। ਇਹਨਾਂ ਨੂੰ ਅਸੀਂ ਘਰ ਲਿਜਾਣ ਤਿੱਕਰ ਵੀ ਤੁਹਾਡਾ ਪੈਸਾ ਨਹੀਂ ਲੱਗਣ ਦਿੰਦੇ ਵੀ ਘਰ ਵੀ ਛੱਡ ਕੇ ਅਸੀਂ ਆਵਾਂਗੇ ਬਰੀਕ ਕਰਾ ਕੇ। ਠੀਕ ਹੈ ਜੀ, ਵਧੀਆ ਚੜ੍ਹਦੀ ਕਲਾ 'ਚ। ਅਤੇ ਤੁਸੀਂ ਬਸੰਤ ਸਿੰਘ ਜੀ ਦੇ ਕੀ ਲੱਗਦੇ ਹੋ ਜੀ? ਮੈਂ ਤਾਂ ਪਿਤਾ ਜੀ ਹਾਂ। ਕੀ ਨਾਮ ਹੈ ਜੀ ਆਪ ਜੀ ਦਾ? ਸਰਜੀਤ ਸਿੰਘ। ਅਤੇ ਹੋਰ ਜੇਲ੍ਹ ਬਾਰੇ ਜੋ ਮੁਲਾਕਾਤ ਉਹਨਾਂ ਨਾਲ ਹੋਈ ਹੈ ਉਹਦੇ ਬਾਰੇ ਸਾਨੂੰ ਕੁਛ ਦੋ ਚਾਰ ਗੱਲਾਂ ਦੱਸੋ ਜੀ। ਠੀਕ ਹੈ ਜੀ, ਵਧੀਆ। ਅੱਛਾ ਜੀ, ਹਾਂ ਚੜ੍ਹਦੀ ਕਲਾ 'ਚ ਉਹਦਾ ਕੋਈ ਗੱਲ ਨਹੀਂ, ਘਬਰਾਉਣ ਦੀ ਕੋਈ ਲੋੜ ਨਹੀਂ। ਅਤੇ ਉਹ ਉਹਨਾਂ ਵੱਲੋਂ ਕੋਈ ਹੋਰ ਸੁਨੇਹਾ ਜਿਹੜਾ ਕੋਈ ਦਿੱਤਾ ਗਿਆ ਹੋਵੇ? ਠੀਕ ਹੈ, ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਦੇ ਜਿਹਨੇ ਸਾਨੂੰ ਮਿਲਾ ਤਾ। ਅੱਛਾ ਜੀ, ਸਾਡੇ ਕੋਲ ਤਾਂ ਇੰਨੀ ਪਹੁੰਚ ਹੀ ਹੈ ਨਹੀਂ ਸੀ, ਉਹਨਾਂ ਨੇ ਜੋ ਪੈਰਵਾਈ ਕੀਤੀ ਸਾਡੇ ਨਾਲ ਘਰਦਿਆਂ ਦੀ ਗੱਲ ਜੀ, ਹਾਂ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨੇ ਪੂਰੀ ਮਦਦ ਕੀਤੀ ਹੈ ਹਰ ਇੱਕ ਤਰ੍ਹਾਂ ਦੀ। ਹੋਰ ਵਕੀਲ ਸਾਹਿਬ ਵੀ ਬਹੁਤ ਵਧੀਆ ਬੰਦੇ ਆ, ਉਹਨਾਂ ਨੇ ਸਾਡੇ ਨਾਲ ਗਏ ਆ, ਸਾਨੂੰ ਮਿਲਾ ਕੇ ਲਿਆਏ ਆ। ਮੈਂ ਕੁਲਵੰਤ ਸਿੰਘ ਦੀ ਵਾਈਫ ਹਾਂ ਜੀ, ਕੁਲਵੰਤ ਸਿੰਘ ਨਾਲ ਮੁਲਾਕਾਤ ਕਰਨ ਆਈ ਸੀ ਅਤੇ ਕੁਲਵੰਤ ਸਿੰਘ ਬਹੁਤ ਚੜ੍ਹਦੀ ਕਲਾ ਦੇ ਵਿੱਚ ਆਈ ਅਤੇ ਆਪਦਾ ਵੱਧ ਤੋਂ ਵੱਧ ਬਾਣੀ ਪੜ੍ਹਦੇ ਆ, ਨਿਤਨੇਮ ਕਰਦੇ ਆ, ਵਧੀਆ ਸਿਹਤ ਆ ਜੀ। ਉੱਥੋਂ ਦੇ ਸਾਰਾ ਸਟਾਫ ਉਹਨਾਂ ਦੀ ਬਹੁਤ ਵਧੀਆ ਦੇਖਭਾਲ ਕਰ ਰਿਹਾ ਜੀ ਅਤੇ ਅਸੀਂ ਵੀ ਸਾਰੇ ਚੜ੍ਹਦੀ ਕਲਾ ਦੇ ਵਿੱਚ ਹਾਂ ਜੀ। ਅਸੀਂ ਸ਼੍ਰੋਮਣੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਅਤੇ ਸਾਨੂੰ ਇੱਥੇ ਉਹਨਾਂ ਦੇ ਰਾਹੀਂ ਅਸੀਂ ਇੱਥੇ ਮੁਲਾਕਾਤ ਕੀਤੀ ਹੈ ਜੀ ਅਤੇ ਤਕਰੀਬਨ ਅਸੀਂ 35-40 ਮਿੰਟ ਉਹਨਾਂ ਨਾਲ ਗੱਲਬਾਤ ਕੀਤੀ ਹੈ ਜੀ। ਹਾਂਜੀ, ਅਤੇ ਵਧੀਆ ਸਿਹਤ ਆ ਜੀ ਉਹਨਾਂ ਦੀ ਅਤੇ ਵਧੀਆ ਚੜ੍ਹਦੀ ਕਲਾ ਦੇ ਵਿੱਚ, ਉਹ ਦੂਸਰਿਆਂ ਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਦਾ ਮੈਸੇਜ ਦਿੱਤਾ ਉਹਨਾਂ ਨੇ। ਭਾੜਾ ਕਰਾਇਆ ਸਭ ਲਾ ਕੇ ਸਾਨੂੰ ਖਰਚਾ ਕਰਕੇ ਲਿਆਏ। ਹਾਂਜੀ, ਅਤੇ ਇਹ ਭਾਈ ਸਾਹਿਬ ਨੇ ਕੋਈ ਸੰਦੇਸ਼ ਦਿੱਤਾ ਹੋਵੇ ਕਿ ਕੌਮ ਬਾਰੇ ਅਤੇ ਜਾਂ ਹੋਰ ਕੋਈ ਗੱਲਬਾਤ ਉਹਨਾਂ ਦੀ ਵਿਸ਼ੇਸ਼ ਤੁਹਾਡੀ ਹੋਈ ਹੋਵੇ? ਨਾ ਨਾ, ਕੋਈ ਗੱਲਬਾਤ ਨਹੀਂ, ਚੜ੍ਹਦੀ ਕਲਾ 'ਚ ਇਹੋ ਹੀ ਆਖਣਾ ਵੀ ਚੜ੍ਹਦੀ ਕਲਾ 'ਚ। ਅਤੇ ਜੇਲ੍ਹ ਦਾ ਜਿਹੜਾ ਅੰਦਰ ਤੁਹਾਨੂੰ ਪ੍ਰਸ਼ਾਸਨ ਨੇ ਕਿਸ ਤਰ੍ਹਾਂ ਸਹਿਯੋਗ ਕੀਤਾ? ਬਹੁਤ ਵਧੀਆ ਕੀਤਾ। ਸਾਡੇ ਨਾਲ ਭਾਈ ਸਾਹਿਬ ਭਾਈ ਪੱਪਲਪ੍ਰੀਤ ਸਿੰਘ ਜੀ ਦੇ ਮਦਰ ਹੈਗੇ ਆ ਜਿਹੜੇ ਅੱਜ ਦਿਬਰੂਗੜ੍ਹ ਵਿਖੇ ਅਸਾਮ ਦੀ ਦਿਬਰੂਗੜ੍ਹ ਜੇਲ੍ਹ ਵਿਖੇ ਉਹਨਾਂ ਨੇ ਮੁਲਾਕਾਤ ਕੀਤੀ ਹੈ। ਮਾਤਾ ਜੀ ਕਿਸ ਤਰ੍ਹਾਂ ਹੈਗੇ ਆ ਭਾਈ ਸਾਹਿਬ ਅਤੇ ਤੁਸੀਂ ਦੱਸੋ ਉਹਨਾਂ ਨਾਲ ਤੁਹਾਡੀ ਕੀ ਗੱਲਬਾਤ ਹੋਈ ਹੈ ਅਤੇ ਉਹਨਾਂ ਵੱਲੋਂ ਕੋਈ ਸੰਦੇਸ਼ ਕੀ ਹੈਗਾ ਜੀ? ਹਾਂ ਵੇਖੋ ਜੀ, ਉਹ ਪੂਰੀ ਚੜ੍ਹਦੀ ਕਲਾ 'ਚ ਪੂਰੀ ਤਰ੍ਹਾਂ ਮਤਲਬ ਵਧੀਆ ਨੇ, ਬਿਲਕੁਲ ਰਾਜੀ ਖੁਸ਼ੀ। ਬਾਕੀ ਇੱਥੋਂ ਦੇ ਜਿਹੜੇ ਪ੍ਰਬੰਧ ਆ ਉਹ ਵੀ ਇੰਨੇ ਕੁ ਵਧੀਆ ਆ, ਇੰਨਾ ਵਧੀਆ, ਇਕੱਲਿਆਂ ਨੂੰ ਰੂਮ 'ਚ ਬਿਠਾ ਕੇ ਸਾਡੀ ਉਹਨਾਂ ਨੇ ਮੁਲਾਕਾਤ ਕਰਵਾਈ ਆ। ਬੜੇ ਆਰਾਮ ਨਾਲ ਬਹਿ ਕੇ ਇੱਕ ਘੰਟਾ ਅਸੀਂ ਗੱਲਬਾਤ ਕੀਤੀ ਆ ਅਤੇ ਮਤਲਬ ਇੱਥੋਂ ਦੇ ਕਹਿ ਸਕਦੇ ਕਿ ਹਰ ਚੀਜ਼ ਸ਼ਲਾਘਾਯੋਗ ਹੈ ਜਿੱਦਾਂ ਦੇ ਇੱਥੇ ਰੱਖ ਰਹੇ ਹਨ। ਰਹਿਣਾ ਸਹਿਣਾ ਖਾਣਾ ਪੀਣਾ ਸਭ ਕੁਛ, ਉਹ ਕਹਿੰਦੇ ਕਿ ਕਿਸੇ ਚੀਜ਼ ਦੀ ਕੋਈ ਮੁਸ਼ਕਲ ਨਹੀਂ, ਸਾਨੂੰ ਪਰਿਵਾਰ ਨੂੰ ਸਾਨੂੰ ਕੋਈ ਟੈਨਸ਼ਨ ਨਹੀਂ ਲੈਣੀ, ਬਹੁਤ ਵਧੀਆ ਇੱਥੇ ਸਾਰਾ ਕੁਛ। ਸਾਡੇ ਅਖਰ ਸਿੱਖ ਸੀ, ਸਾਡੇ ਨਾਲ ਸਿੱਖਾਂ ਨੇ ਕਾਲ ਤਖ਼ਤ ਦੇ ਜਹੇਦਾਰਾਂ ਨੇ, ਜੇ ਸਿੱਖ ਸੀ ਤਾਂ ਉਹਨਾਂ ਕਿਹਾ ਵੀ ਸਿੱਖ ਸਾਡੇ ਥੱਲੇ ਡਿੱਗੇ ਪਏ ਨੇ। ਅੱਜ ਜੇ ਉਹ ਸਿੱਖ ਦੀ ਇੱਜ਼ਤ ਰੁਲ ਗਈ ਅਤੇ ਸਭ ਸਾਰੇ ਸਿੱਖਾਂ ਦੀ ਇੱਜ਼ਤ ਰੁਲ ਗਈ ਅਤੇ ਸਾਨੂੰ ਤਾਂ ਇਹਨਾਂ ਬਹੁਤ ਵੀ ਸਿੱਖਾਂ ਹੀ ਸਾਡਿਆਂ ਨੇ ਸਾਡੀ ਮਾਂ ਫੜ ਕੇ ਅਤੇ ਸਾਨੂੰ ਤਾਂ ਉਠਾਇਆ ਅਤੇ ਸਾਨੂੰ ਤਾਂ ਬਹੁਤ ਇਹਨਾਂ ਦੇ ਧੰਨਵਾਦ ਅਸੀਂ ਇਹਨਾਂ ਦਾ ਕਰਦੇ ਹਾਂ ਵੀ ਇਹ ਆਉਂਦੇ ਪੈਰਵਾਈ ਵੀ ਅਸੀਂ ਸਾਰੀ ਕਰਾਂਗੇ। ਇਹਨਾਂ ਨੂੰ ਅਸੀਂ ਘਰ ਲਿਜਾਣ ਤਿੱਕਰ ਵੀ ਤੁਹਾਡਾ ਪੈਸਾ ਨਹੀਂ ਲੱਗਣ ਦਿੰਦੇ ਵੀ ਘਰ ਵੀ ਛੱਡ ਕੇ ਅਸੀਂ ਆਵਾਂਗੇ ਬਰੀਕ ਕਰਾ ਕੇ। ਠੀਕ ਹੈ ਜੀ, ਵਧੀਆ ਚੜ੍ਹਦੀ ਕਲਾ 'ਚ। ਅਤੇ ਤੁਸੀਂ ਬਸੰਤ ਸਿੰਘ ਜੀ ਦੇ ਕੀ ਲੱਗਦੇ ਹੋ ਜੀ? ਮੈਂ ਤਾਂ ਪਿਤਾ ਜੀ ਹਾਂ। ਕੀ ਨਾਮ ਹੈ ਜੀ ਆਪ ਜੀ ਦਾ? ਸਰਜੀਤ ਸਿੰਘ। ਅਤੇ ਹੋਰ ਜੇਲ੍ਹ ਬਾਰੇ ਜੋ ਮੁਲਾਕਾਤ ਉਹਨਾਂ ਨਾਲ ਹੋਈ ਹੈ ਉਹਦੇ ਬਾਰੇ ਸਾਨੂੰ ਕੁਛ ਦੋ ਚਾਰ ਗੱਲਾਂ ਦੱਸੋ ਜੀ। ਠੀਕ ਹੈ ਜੀ, ਵਧੀਆ। ਅੱਛਾ ਜੀ, ਹਾਂ ਚੜ੍ਹਦੀ ਕਲਾ 'ਚ ਉਹਦਾ ਕੋਈ ਗੱਲ ਨਹੀਂ, ਘਬਰਾਉਣ ਦੀ ਕੋਈ ਲੋੜ ਨਹੀਂ। ਅਤੇ ਉਹ ਉਹਨਾਂ ਵੱਲੋਂ ਕੋਈ ਹੋਰ ਸੁਨੇਹਾ ਜਿਹੜਾ ਕੋਈ ਦਿੱਤਾ ਗਿਆ ਹੋਵੇ? ਠੀਕ ਹੈ, ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਦੇ ਜਿਹਨੇ ਸਾਨੂੰ ਮਿਲਾ ਤਾ।
ਸਾਡੇ ਕੋਲ ਤਾਂ ਇੰਨੀ ਪਹੁੰਚ ਹੀ ਹੈ ਨਹੀਂ ਸੀ। ਉਹਨਾਂ ਨੇ ਜੋ ਪੈਰਵਾਈ ਕੀਤੀ ਸਾਡੇ ਨਾਲ ਘਰਦਿਆਂ ਗੱਲ ਜੀ, ਹਾਂ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨੇ ਪੂਰੀ ਮਦਦ ਕੀਤੀ ਹੈ ਹਰ ਇੱਕ ਤਰ੍ਹਾਂ ਦੀ। ਹੋਰ ਵਕੀਲ ਸਾਹਿਬ ਵੀ ਬਹੁਤ ਵਧੀਆ ਬੰਦੇ ਆ, ਉਹਨਾਂ ਨੇ ਸਾਡੇ ਨਾਲ ਗਏ ਆ, ਸਾਨੂੰ ਮਿਲਾ ਕੇ ਲਿਆਏ ਆ। ਮੈਂ ਕੁਲਵੰਤ ਸਿੰਘ ਦੀ ਵਾਈਫ ਹਾਂ ਜੀ, ਕੁਲਵੰਤ ਸਿੰਘ ਨਾਲ ਮੁਲਾਕਾਤ ਕਰਨ ਆਈ ਸੀ ਅਤੇ ਕੁਲਵੰਤ ਸਿੰਘ ਬਹੁਤ ਚੜ੍ਹਦੀ ਕਲਾ ਦੇ ਵਿੱਚ ਆਈ ਅਤੇ ਆਪਦਾ ਵੱਧ ਤੋਂ ਵੱਧ ਬਾਣੀ ਪੜ੍ਹਦੇ ਆ, ਨਿਤਨੇਮ ਕਰਦੇ ਆ, ਵਧੀਆ ਸਿਹਤ ਆ ਜੀ। ਉੱਥੋਂ ਦੇ ਸਾਰਾ ਸਟਾਫ ਉਹਨਾਂ ਦੀ ਬਹੁਤ ਵਧੀਆ ਦੇਖਭਾਲ ਕਰ ਰਿਹਾ ਜੀ, ਅਤੇ ਅਸੀਂ ਵੀ ਸਾਰੇ ਚੜ੍ਹਦੀ ਕਲਾ ਦੇ ਵਿੱਚ ਹਾਂ ਜੀ। ਅਸੀਂ ਸ਼੍ਰੋਮਣੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਅਤੇ ਸਾਨੂੰ ਇੱਥੇ ਉਹਨਾਂ ਦੇ ਰਾਹੀਂ ਅਸੀਂ ਇੱਥੇ ਮੁਲਾਕਾਤ ਕੀਤੀ ਹੈ ਜੀ, ਅਤੇ ਤਕਰੀਬਨ ਅਸੀਂ 35-40 ਮਿੰਟ ਉਹਨਾਂ ਨਾਲ ਗੱਲਬਾਤ ਕੀਤੀ ਹੈ ਜੀ। ਹਾਂਜੀ, ਅਤੇ ਵਧੀਆ ਸਿਹਤ ਆ ਜੀ ਉਹਨਾਂ ਦੀ, ਅਤੇ ਵਧੀਆ ਚੜ੍ਹਦੀ ਕਲਾ ਦੇ ਵਿੱਚ, ਉਹ ਦੂਸਰਿਆਂ ਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਦਾ ਮੈਸੇਜ ਦਿੱਤਾ ਉਹਨਾਂ ਨੇ। ਭਾੜਾ ਕਰਾਇਆ ਸਭ ਲਾ ਕੇ ਸਾਨੂੰ ਖਰਚਾ ਕਰਕੇ ਲਿਆਏ। ਹਾਂਜੀ, ਅਤੇ ਇਹ ਭਾਈ ਸਾਹਿਬ ਨੇ ਕੋਈ ਸੰਦੇਸ਼ ਦਿੱਤਾ ਹੋਵੇ ਕਿ ਕੌਮ ਬਾਰੇ ਅਤੇ ਜਾਂ ਹੋਰ ਕੋਈ ਗੱਲਬਾਤ ਉਹਨਾਂ ਦੀ ਵਿਸ਼ੇਸ਼ ਤੁਹਾਡੀ ਹੋਈ ਹੋਵੇ? ਨਾ ਨਾ, ਕੋਈ ਗੱਲਬਾਤ ਨਹੀਂ, ਚੜ੍ਹਦੀ ਕਲਾ 'ਚ ਇਹੋ ਹੀ ਆਖਣਾ ਵੀ ਚੜ੍ਹਦੀ ਕਲਾ 'ਚ। ਅਤੇ ਜੇਲ੍ਹ ਦਾ ਜਿਹੜਾ ਅੰਦਰ ਤੁਹਾਨੂੰ ਪ੍ਰਸ਼ਾਸਨ ਨੇ ਕਿਸ ਤਰ੍ਹਾਂ ਸਹਿਯੋਗ ਕੀਤਾ? ਬਹੁਤ ਵਧੀਆ ਕੀਤਾ। ਸਾਡੇ ਨਾਲ ਭਾਈ ਸਾਹਿਬ ਭਾਈ ਪਪਲਪ੍ਰੀਤ ਸਿੰਘ ਜੀ ਦੇ ਮਦਰ ਹੈਗੇ ਆ, ਜਿਹੜੇ ਅੱਜ ਦਿਬਰੂਗੜ੍ਹ ਵਿਖੇ ਅਸਾਮ ਦੀ ਦਿਬਰੂਗੜ੍ਹ ਜੇਲ੍ਹ ਵਿਖੇ ਉਹਨਾਂ ਨੇ ਮੁਲਾਕਾਤ ਕੀਤੀ ਹੈ। ਮਾਤਾ ਜੀ ਕਿਸ ਤਰ੍ਹਾਂ ਹੈਗੇ ਆ ਭਾਈ ਸਾਹਿਬ, ਅਤੇ ਤੁਸੀਂ ਦੱਸੋ ਉਹਨਾਂ ਨਾਲ ਤੁਹਾਡੀ ਕੀ ਗੱਲਬਾਤ ਹੋਈ ਹੈ ਅਤੇ ਉਹਨਾਂ ਵੱਲੋਂ ਕੋਈ ਸੰਦੇਸ਼ ਕੀ ਹੈਗਾ ਜੀ? ਹਾਂ ਵੇਖੋ ਜੀ, ਉਹ ਪੂਰੀ ਚੜ੍ਹਦੀ ਕਲਾ 'ਚ ਆ, ਪੂਰੀ ਤਰ੍ਹਾਂ ਮਤਲਬ ਵਧੀਆ ਨੇ, ਬਿਲਕੁਲ ਰਾਜੀ ਖੁਸ਼ੀ। ਬਾਕੀ ਇੱਥੋਂ ਦੇ ਜਿਹੜੇ ਪ੍ਰਬੰਧ ਆ ਉਹ ਵੀ ਇੰਨੇ ਕੁ ਵਧੀਆ ਆ, ਇੰਨਾ ਵਧੀਆ, ਇਕੱਲਿਆਂ ਨੂੰ ਰੂਮ 'ਚ ਬਿਠਾ ਕੇ ਸਾਡੀ ਉਹਨਾਂ ਨੇ ਮੁਲਾਕਾਤ ਕਰਵਾਈ ਆ, ਬੜੇ ਆਰਾਮ ਨਾਲ ਬਹਿ ਕੇ ਇੱਕ ਘੰਟਾ ਹੀ ਗੱਲਬਾਤ ਕੀਤੀ ਆ, ਅਤੇ ਮਤਲਬ ਇੱਥੋਂ ਦੇ ਕਹਿ ਸਕਦੇ ਕਿ ਹਰ ਚੀਜ਼ ਸ਼ਲਾਘਾਯੋਗ ਹੈ, ਜਿੱਦਾਂ ਦੇ ਇੱਥੇ ਰੱਖ ਰਹੇ ਆ ਨਾ, ਰਹਿਣਾ ਸਹਿਣਾ ਖਾਣਾ ਪੀਣਾ ਸਭ ਕੁਛ। ਉਹ ਕਹਿੰਦੇ ਕਿ ਕਿਸੇ ਚੀਜ਼ ਦੀ ਕੋਈ ਮੁਸ਼ਕਲ ਨਹੀਂ, ਸਾਨੂੰ ਪਰਿਵਾਰ ਨੂੰ ਕਹਿ ਸਾਨੂੰ ਕੋਈ ਟੈਨਸ਼ਨ ਨਹੀਂ ਲੈਣੀ, ਬਹੁਤ ਵਧੀਆ ਇੱਥੇ ਸਾਰਾ ਕੁਛ। ਸਾਡੇ ਅਖਰ ਸਿੱਖ ਸੀ, ਸਾਡੇ ਨਾਲ ਸਿੱਖਾਂ ਨੇ ਕਾਲਸਾ ਤੇ ਜਹੇਦਾਰਾਂ ਨੇ, ਜੇ ਸਿੱਖ ਸੀ ਤਾਂ ਉਹਨਾਂ ਕਿਹਾ ਵੀ ਸਿੱਖ ਸਾਡੇ ਥੱਲੇ ਡਿੱਗੇ ਪਏ ਨੇ। ਅੱਜ ਜੇ ਉਹ ਸਿੱਖ ਦੀ ਇੱਜ਼ਤ ਰੁਲ ਗਈ ਤਾਂ ਸਭ ਸਾਰੇ ਸਿੱਖਾਂ ਦੀ ਇੱਜ਼ਤ ਰੁਲ ਗਈ, ਅਤੇ ਸਾਨੂੰ ਤਾਂ ਇੰਨਾ ਬਹੁਤ ਵੀ ਸਿੱਖਾਂ ਹੀ ਸਾਡਿਆਂ ਨੇ ਸਾਡੀ ਮਾਂ ਫੜ ਕੇ ਅਤੇ ਸਾਨੂੰ ਤਾਂ ਉਠਾਇਆ, ਅਤੇ ਸਾਨੂੰ ਤਾਂ ਬਹੁਤ ਇਹਨਾਂ 'ਤੇ ਧੰਨਵਾਦ ਅਸੀਂ ਤਾਂ ਇਹਨਾਂ ਦਾ ਕਰਦੇ ਹਾਂ ਵੀ ਇਹ ਆਉਂਦੇ ਪੈਰਵਾਈ ਵੀ ਅਸੀਂ ਸਾਰੀ ਕਰਾਂਗੇ। ਇਹਨਾਂ ਨੂੰ ਅਸੀਂ ਘਰ ਲਿਜਾਣ ਤਿੱਕਰ ਵੀ ਤੁਹਾਡਾ ਪੈਸਾ ਨਹੀਂ ਲੱਗਣ ਦਿੰਦੇ, ਵੀ ਘਰ ਵੀ ਛੱਡ ਕੇ ਅਸੀਂ ਆਵਾਂਗੇ ਬਰੀਕ ਕਰਾ ਕੇ। ਠੀਕ ਹੈ ਜੀ, ਵਧੀਆ ਚੜ੍ਹਦੀ ਕਲਾ 'ਚ। ਅਤੇ ਤੁਸੀਂ ਬਸੰਤ ਸਿੰਘ ਜੀ 'ਤੇ ਕੀ ਲੱਗਦੇ ਹੋ ਜੀ? ਮੈਂ ਤਾਂ ਪਿਤਾ ਜੀ ਹਾਂ। ਕੀ ਨਾਮ ਹੈ ਜੀ ਆਪ ਜੀ ਦਾ? ਸੁਰਜੀਤ ਸਿੰਘ। ਅਤੇ ਹੋਰ ਜੇਲ੍ਹ ਬਾਰੇ ਜੋ ਮੁਲਾਕਾਤ ਉਹਨਾਂ ਨਾਲ ਹੋਈ ਹੈ ਉਹਦੇ ਬਾਰੇ ਸਾਨੂੰ ਕੁਛ 2-4 ਗੱਲਾਂ ਦੱਸੋ ਜੀ। ਠੀਕ ਹੈ ਜੀ, ਵਧੀਆ। ਅੱਛਾ ਜੀ, ਹਾਂ ਚੜ੍ਹਦੀ ਕਲਾ 'ਚ ਉਹਦਾ ਕੋਈ ਗੱਲ ਨਹੀਂ, ਘਬਰਾਉਣ ਦੀ ਕੋਈ ਲੋੜ ਨਹੀਂ। ਅਤੇ ਉਹ ਉਹਨਾਂ ਵੱਲੋਂ ਕੋਈ ਹੋਰ ਸੁਨੇਹਾ ਜਿਹੜਾ ਕੋਈ ਦਿੱਤਾ ਗਿਆ ਹੋਵੇ? ਠੀਕ ਹੈ, ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਦਾ ਜਿਹਨੇ ਸਾਨੂੰ ਮਿਲਾ ਤਾ। ਅੱਛਾ ਜੀ, ਸਾਡੇ ਕੋਲ ਤਾਂ ਇੰਨੀ ਪਹੁੰਚ ਹੀ ਹੈਨੀ ਸੀ, ਉਹਨਾਂ ਨੇ ਜੋ ਪੈਰਵਾਈ ਕੀਤੀ ਸਾਡੇ ਨਾਲ ਘਰਦਿਆਂ ਗੱਲ ਜੀ, ਹਾਂ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨੇ ਪੂਰੀ ਮਦਦ ਕੀਤੀ ਹੈ ਹਰ ਇੱਕ ਤਰ੍ਹਾਂ ਦੀ। ਹੋਰ ਵਕੀਲ ਸਾਹਿਬ ਵੀ ਬਹੁਤ ਵਧੀਆ ਬੰਦੇ ਆ, ਉਹਨਾਂ ਨੇ ਸਾਡੇ ਨਾਲ ਗਏ ਆ, ਸਾਨੂੰ ਮਿਲਾ ਕੇ ਲਿਆਏ ਆ। ਮੈਂ ਕੁਲਵੰਤ ਸਿੰਘ ਦੀ ਵਾਈਫ ਹਾਂ ਜੀ, ਕੁਲਵੰਤ ਸਿੰਘ ਨਾਲ ਮੁਲਾਕਾਤ ਕਰਨ ਆਈ ਸੀ ਅਤੇ ਕੁਲਵੰਤ ਸਿੰਘ ਬਹੁਤ ਚੜ੍ਹਦੀ ਕਲਾ ਦੇ ਵਿੱਚ ਆਈ ਅਤੇ ਆਪਦਾ ਵੱਧ ਤੋਂ ਵੱਧ ਬਾਣੀ ਪੜ੍ਹਦੇ ਆ, ਨਿਤਨੇਮ ਕਰਦੇ ਆ, ਵਧੀਆ ਸਿਹਤ ਆ ਜੀ। ਉੱਥੋਂ ਦੇ ਸਾਰਾ ਸਟਾਫ ਉਹਨਾਂ ਦੀ ਬਹੁਤ ਵਧੀਆ ਦੇਖਭਾਲ ਕਰ ਰਿਹਾ ਜੀ, ਅਤੇ ਅਸੀਂ ਵੀ ਸਾਰੇ ਚੜ੍ਹਦੀ ਕਲਾ ਦੇ ਵਿੱਚ ਹਾਂ ਜੀ। ਅਸੀਂ ਸ਼੍ਰੋਮਣੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਅਤੇ ਸਾਨੂੰ ਇੱਥੇ ਉਹਨਾਂ ਦੇ ਰਾਹੀਂ ਅਸੀਂ ਇੱਥੇ ਮੁਲਾਕਾਤ ਕੀਤੀ ਹੈ ਜੀ, ਅਤੇ ਤਕਰੀਬਨ ਅਸੀਂ 35-40 ਮਿੰਟ ਉਹਨਾਂ ਨਾਲ ਗੱਲਬਾਤ ਕੀਤੀ ਹੈ ਜੀ। ਹਾਂਜੀ, ਅਤੇ ਵਧੀਆ ਸਿਹਤ ਆ ਜੀ ਉਹਨਾਂ ਦੀ, ਅਤੇ ਵਧੀਆ ਚੜ੍ਹਦੀ ਕਲਾ ਦੇ ਵਿੱਚ, ਉਹ ਦੂਸਰਿਆਂ ਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਦਾ ਮੈਸੇਜ ਦਿੱਤਾ ਉਹਨਾਂ ਨੇ। ਭਾੜਾ ਕਰਾਇਆ ਸਭ ਲਾ ਕੇ ਸਾਨੂੰ ਖਰਚਾ ਕਰਕੇ ਲਿਆਏ। ਹਾਂਜੀ, ਅਤੇ ਇਹ ਭਾਈ ਸਾਹਿਬ ਨੇ ਕੋਈ ਸੰਦੇਸ਼ ਦਿੱਤਾ ਹੋਵੇ ਕਿ ਕੌਮ ਬਾਰੇ ਅਤੇ ਜਾਂ ਹੋਰ ਕੋਈ ਗੱਲਬਾਤ ਉਹਨਾਂ ਦੀ ਵਿਸ਼ੇਸ਼ ਤੁਹਾਡੀ ਹੋਈ ਹੋਵੇ? ਨਾ ਨਾ, ਕੋਈ ਗੱਲਬਾਤ ਨਹੀਂ, ਵੈਸੇ ਚੜ੍ਹਦੀ ਕਲਾ 'ਚ ਇਹੋ ਹੀ ਆਖਣਾ ਵੀ ਚੜ੍ਹਦੀ ਕਲਾ 'ਚ। ਅਤੇ ਜੇਲ੍ਹ ਦਾ ਜਿਹੜਾ ਅੰਦਰ ਤੁਹਾਨੂੰ ਪ੍ਰਸ਼ਾਸਨ ਨੇ ਕਿਸ ਤਰ੍ਹਾਂ ਸਹਿਯੋਗ ਕੀਤਾ? ਬਹੁਤ ਵਧੀਆ ਕੀਤਾ,